ਨਗਰ ਦੇ ਖੇਡ ਰਿਹਾ ਨਗਰ ਇੱਕ ਵਾਰ ਫਿਰ ਆ ਸਰਦਾਰ ਜਰਾ ਦੀਮਾ ਜਰਾ ਬਾਈ ਨਦੀਮ ਗੋਗਲ ਜਰਾ ਸਤਨਾਮ ਸਗਲਾਂ ਤੋਂ ਵੀ ਆ ਗਏ ਇੱਧਰ ਵੀ ਨਗਰਾ ਜੱਫਾ ਆਹ ਪਹਿਲੀ ਕਬੱਡੀ ਦਾ ਜੱਫਾ ਬੱਬਰ ਸਿੰਘ ਆਇਆ ਕਿਆ ਬਾਤ ਹੈ ਆਹ ਜੀਓ ਸੋਨਿਆ ਆਹ ਬੱਲੇ 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 ਜਿੰਦਾਬਾਦ ਤਗੜਾ ਜੱਫਾ ਪਹਿਲੀ ਕਬੱਡੀ ਪਾਕਿ ਫੌਜ ਦੇ ਆਣੇ ਵੱਲੋਂ ਆਹ ਤੋਰੇ ਸੱਜ ਕੇ ਡੋਗਰਾ ਦਾ ਡੋਗਰਾ ਦਾ ਮੈਚ ਹੈ ਪੈਰ ਜਾਫੀ ਦਾ ਇੱਕ ਮਿੰਟ ਬਾਈ ਸੀ ਦੋ ਮਿੰਟ ਮੈਚ ਦੇਖ ਲਓ ਪੰਜਾਬ ਇੱਕ ਮਿੰਟ ਟਾਈਮ ਆਊਟ ਦਾ ਦੀਮਾ ਵੀ ਉਧਰ ਆਇਆ ਨਗਰ ਵੀ ਆਇਆ ਸਰਦਾਰ ਮੈਂ ਯਾਰ ਇੱਥੇ ਮੈਚ ਤੇ ਆ ਮੈਂ ਕੋਈ ਘੰਟਾ ਲੱਗਣਾ ਮਨਾਉਣ ਦਾ ਭਾਈ ਕਾਸਮ ਤੂੰ ਹੀ ਆ ਯਾਰ ਜਿਹੜੀ ਤਸੀਸ ਸਮੁੰਦਰੀ ਦੀ ਪਿੰਡਾਂ ਦੀ ਕਬੱਡੀ ਹੋਏ ਵੇਟਾਂ ਦੀ ਕਬੱਡੀ ਤੋਂ ਹਟਾ ਕੇ ਕੋਈ ਵੇਟ ਨਹੀਂ ਹੁੰਦੇ ਜਿਨ੍ਹਾਂ ਦੇ ਮੁੰਡੇ ਛੋਟੇ ਉਹ ਵੇਟਾਂ ਦੀ ਕਰਵਾ ਸਕਦੇ ਸਾਡੀ ਕਿਸੇ ਤੇ ਪਾਬੰਦੀ ਨਹੀਂ ਵੀ ਕੋਈ ਫਲਾਨਾ ਮੈਚ ਨਾ ਕਰਾਏ ਨਾ ਕਰਾਏ ਅਗਰ ਪਿੰਡਾਂ ਦੇ ਮੈਚ ਖੇਡਣਗੇ ਤਾਂ ਮੁੰਡੇ ਤਗੜੇ ਹੋਣਗੇ ਅੱਜ ਜਟਿਆਣੇ ਦਾ ਤੇ ਤਰਤਾਲੀ ਦੇ ਮੁੰਡੇ ਖੇਡਣਗੇ ਤੇ ਆਪਣੇ ਪਿੰਡ ਦੇ ਖੇਡ ਕੇ ਜਾਣੇ ਆ ਕਿਸੇ ਨੇ ਕਿਸੇ ਨੂੰ ਸੱਦ ਕੇ ਨਹੀਂ ਖਿਡਾਇਆ ਜਿਹਦੇ ਵਿੱਚ 30-30 ਹਜ਼ਾਰ ਰੁਪਇਆ ਲੋਕੀ ਦੇ ਕੇ ਤੇ ਸ਼ਾਮਾਂ ਨੂੰ ਚੁੱਪ ਕਰਕੇ ਕੰਨ ਠਾਨ ਕਰਕੇ ਘਰ ਨੂੰ ਤੁਰ ਜਾਂਦੇ ਸੀ ਤੇ ਪਰੇਸ਼ਾਨੀ ਉੱਥੇ ਜਾ ਕੇ ਆਪਸ ਚ ਟੀਮ ਪਾੜ ਜਾਂਦੀ ਹੁੰਦੀ ਸੀ ਕਿ ਯਾਰ ਤੂੰ ਇੰਜ ਥੋੜੇ ਦਿੱਤੇ ਆ ਤੇ ਤੂੰ ਬਹੁਤੇ ਦਿੱਤੇ ਆ ਤੇ ਕੋਈ ਇੰਨੇ ਪੈਸੇ ਸੀ ਤਰਤਾਲੀ ਦੇ ਖੇਡੇ ਤੇ ਆਪਣੇ ਜਟਿਆਣਾ ਖੇਡਿਆ ਤੇ ਆਪਣਾ ਖੇਡਣਾ ਗੁਲਾਮ ਗੋਸ ਕਮੇਟੀ ਕਰਕੇ 1 ਪੁਆਇੰਟ ਤੋਂ ਹਾਰ ਗਿਆ ਮੈਚ ਬਹੁਤ ਅੱਛੇ ਹੋਏ ਆ ਅਗਰ ਇਹ ਮੈਚ ਪਿੰਡਾਂ ਪਿੰਡਾਂ ਦੇ ਹੋਣ ਤੇ ਉਮੀਦ ਬਣੀ ਆ ਵੀ ਸਾਡੀ ਤਸੀਸ ਸਮੁੰਦਰੀ ਦੀ ਕਬੱਡੀ ਅੱਗੇ ਚੱਲ ਜਾਏਗੀ ਸਾਡੇ ਤਕਰੀਬਨ 10 ਸਾਲ ਤੋਂ ਪਹਿਲੋਂ ਸਾਡੇ ਇਲਾਕੇ ਦਾ ਇੰਟਰਨੈਸ਼ਨਲ ਪਲੇਅਰ ਨਫੀਸ ਗੁੱਜਰ ਆ ਉਸ ਤੋਂ ਬਾਅਦ ਕੋਈ ਇੰਟਰਨੈਸ਼ਨਲ ਪਲੇਅਰ ਨਹੀਂ ਸਾਡੇ ਹੋਣ ਡਿਆ ਤਜਰਬਾ ਕਰਕੇ ਵੇਖ ਲਓ ਕੋਈ ਵੀ ਇੰਟਰਨੈਸ਼ਨਲ ਪਲੇਅਰ ਹੋਇਆ ਤੇ ਵੇਖ ਲਓ ਸੋਚ ਲਓ ਹੈਗਾ 10 ਸਾਲ ਹੋ ਗਿਆ ਸਾਡੀ ਕਬੱਡੀ ਇੰਨੀ ਥੱਲੇ ਜਾਣ ਰਹੀ ਆ ਅਸੀਂ ਇਹ ਸੋਚ ਵੀ ਨਹੀਂ ਸਕਦੇ ਵੀ ਸਾਡੀ ਕਬੱਡੀ ਤਸੀਸ ਸਮੁੰਦਰੀ ਦੀ ਇੰਨੀ ਥੱਲੇ ਚੱਲ ਜਾਏਗੀ ਔਰ ਸਭ ਤੋਂ ਜ਼ਿਆਦਾ ਮੈਚ ਤਸੀਸ ਸਮੁੰਦਰੀ 'ਚ ਹੋਏ ਜਾਂਦੇ ਪੂਰੇ ਪਾਕਿਸਤਾਨ 'ਚ ਇਹ ਸਾਰੀ ਤਸੀਸ ਸਮੁੰਦਰੀ ਨੂੰ ਪਾਕੇ ਪੂਰੇ ਪਾਕਿਸਤਾਨ ਨੂੰ ਪਤਾ ਹਰ ਸ਼ਹਿਰ ਸਾਡੇ ਤੋਂ ਹੁੰਦਿਆਂ ਹੋਇਆ ਅਸੀਂ ਨੁਕਸਾਨ ਕਬੱਡੀ ਦਾ ਆਪਣੀ ਦਾ ਇੰਨਾ ਕਰਨ ਡੇ ਆ ਅਸੀਂ ਸੋਚ ਨਹੀਂ ਸਕਦੇ ਇੱਕ ਦੂਜੇ ਨਾਲ ਮੁਨਾਫਕਤ ਬੇਅੰਤਹਾਈ ਕਰ ਰਹੇ ਆ ਅਤੇ ਇਸ ਆਪੋ ਚ ਨਹੀਂ ਇਹ ਕਬੱਡੀ ਨਾਲ ਮੁਨਾਫਕਤ ਆ ਬਾਕੀ ਅਗਰ ਕਬੱਡੀ ਪਿੰਡਾਂ ਦੀ ਹੋਏ ਤੇ ਜਿਹੜਾ ਜਿਹੜਾ ਬੰਦਾ ਖੁਸ਼ ਆ ਉਹ ਆਪਣੇ ਆਪਣੇ ਪੁੱਤ ਖੇਡਦਾ ਦੇਖਦਾ ਹੈ ਉਹ ਆਪਣੇ ਪੁੱਤ ਨੂੰ ਘਿਓ ਖਵਾਏਗਾ ਆਪਣਾ ਤਗੜਾ ਕਰੇਗਾ ਆਪਣਾ ਹੀ ਜ਼ਿਆਦਾ ਤਗੜਾ ਕਰੇਗਾ ਅਗਰ ਗੱਲ ਇਹ ਚੰਗੀ ਆ ਤੇ ਸਾਰਾ ਹੀ ਮੈਦਾਨ ਸਾਨੂੰ ਦੱਸ ਦਿਓ ਅਸੀਂ ਇਸੇ ਤਰ੍ਹਾਂ ਤੁਰਾਂਗੇ ਤੁੰਨ ਕੇ ਤੁਰਾਂਗੇ ਤੇ ਤਾੜੀ ਮਾਰ ਦਿਓ ਅਗਰ ਇਹ ਗੱਲ ਚੰਗੀ ਆ ਅਸਾਂ ਬੜਾ ਹੀ ਨੁਕਸਾਨ ਕਬੱਡੀ 'ਚ ਕਰ ਲਿਆ ਔਰ ਕੋਸ਼ਿਸ਼ ਕਰੋ ਤੇ ਅੱਗੋਂ ਵੀ ਸਾਡਾ ਨੁਕਸਾਨ ਨਾ ਹੋਏ ਕੋਈ ਵੀ ਇੰਟਰਨੈਸ਼ਨਲ ਪਲੇਅਰ ਆ ਉਹਦੀ ਸਾਡੇ ਦਿਲ 'ਚ ਇੱਜ਼ਤ ਆ ਉਹ ਸਾਡੇ ਨਾਲ ਤੁਰੇ ਅਸੀਂ ਤੁੰਨ ਕੇ ਉਹਦੀ ਮਦਦ ਕਰਾਂਗੇ ਹਰ ਤਰੀਕੇ ਨਾਲ ਉਹਦੇ ਨਾਲ ਹੋਵਾਂਗੇ ਜਿਹੜੀ ਵੀ ਦਿਲ ਸਾਡੇ 'ਚ ਗੱਲ ਆ ਹੋਰ ਕਿਸੇ ਦੇ ਦਿਲ 'ਚ ਗੱਲ ਆ ਉਹ ਸਪੀਕਰ 'ਤੇ ਆਣ ਕੇ ਕਹਿ ਸਕਦਾ ਅਸਾਂ ਗਲਤ ਕੀਤਾ ਤੇ ਸਾਨੂੰ ਹਰ ਬੰਦਾ ਗਲਤ ਕਹਿ ਸਕਦਾ ਖੁਦਾ ਹਾਫਿਜ਼ ਸ਼ੁਕਰੀਆ ਕਬੱਡੀ ਦੇ ਪਾਗਲ ਬਣੇ ਅੰਦਰ
ਨੰਬਰ ਪਤਾ ਲੱਗੇਗਾ ਕਿ ਪੁਆਇੰਟ ਕਿਹੜਾ ਹੁੰਦਾ ਜੋ ਦੋਨਾਂ ਮੇਰੇ ਕੋਸ਼ਿਸ਼ ਹੋ ਰਹੀ ਹੈ ਨੰਬਰ ਹੈ ਨੰਬਰ 34 ਦਾ ਆ ਵੈਰੀ ਗੁੱਡ ਸ਼ੇਰਾ ਜ਼ਿੰਦਾਬਾਦ
ਮੀਆਂ ਇਮਰਾਨ ਗੋਸ ਸਾਹਿਬ ਸਪਾਂਸਰ ਕਬੱਡੀ ਟੀਮ ਪਿਆ ਕਹਦੇ ਉਹਨਾਂ ਦਾ ਵੀ ਸ਼ੁਕਰੀਆ ਮਿਹਰਬਾਨੀ ਚੌਧਰੀ ਅਬਦੁਲ ਮਨਾਨ ਸਾਹਿਬ ਔਰਾ ਨਾਲ ਦਾ ਬਹੁਤ ਧੰਨਵਾਦ ਇਸ ਵੇਲੇ ਭਰਪੂਰ ਇੰਜੋਏ ਕਰ ਰਹੇ ਨੇ ਮੈਂ ਸ਼ਹਿਜ਼ਾਦ ਅਲੀ ਫੋਕੇ ਬਾਰਸ ਆਈਟਰ ਦੇ ਪਾਸੇ ਦੇਖੋ ਜਾਏਗੀ ਬੰਦਾ ਕੀ ਹੈ ਮਦਰ ਡੋਗਰ ਤਾੜੀ 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 ਕਪਤਾਨ ਦੀ ਤਾੜੀ ਆਓ ਡੋਗਰਾ ਇਹ ਜੇ ਕਪਤਾਨ ਕਪਤਾਨ ਕਬੱਡੀ ਟੀਮ ਆਪਣੀ ਟੀਮ ਦਾ ਤਗੜਾ ਜਾਤੀ ਇਸ ਟਾਈਮ ਸਰਕਾਰੀ ਵਾਲਾ ਡੋਗਰ ਜੱਥਾ ਵੱਡਾ ਲੈ ਗਿਆ ਜੇ ਗੁੱਡ ਸ਼ਾਬਾਸ਼ ਅਬਦੁਲ ਮਨਾਨ ਸਾਹਿਬ ਖੋਖਰ ਚੱਕ ਨੰਬਰ 50 ਗਾਹਦੇ ਆਪਣੀ ਆਮਦ ਦੇ 500 ਰੁਪਿਆ ਇਨਾਮ ਰੈਕਮੈਂਡੇਟਰ ਬਹੁਤ ਸ਼ੁਕਰੀਆ ਮਿਹਰਬਾਨੀ ਰਾਜ ਜ਼ਿੰਦਾਬਾਦ ਚੌਧਰੀ ਅਬਦੁਲ ਮਨਾਨ ਸਾਹਿਬ ਖੋਖਰ ਕਬੱਡੀ ਪਾਗਾ ਸਨਮ ਗੁੱਜਰ ਆ ਗਿਆ ਸ਼ਹਿਜ਼ਾਦਾ ਇੱਕ ਨੰਬਰ ਦਾ ਕੀਤਾ ਹੋਰ ਵਾਧਾ ਫਿਰ ਇੱਕ ਵਾਰੀ ਪੁਆਇੰਟ ਕਬੱਡਰ ਦੇ ਕੱਟ ਜੁੜਿਆ ਚੱਲ ਵੀ ਸੋਹਣਿਆ ਅਗਲੀ ਕਬੱਡੀ ਸ਼ੇਰਾ ਜੱਟ 500 ਜਿਤਿਆਣੇ ਦੀ ਕਬੱਡੀ ਟੀਮ ਵੱਲੋਂ ਇਸ ਟਾਈਮ ਗਗਰੀ ਮੌਜੂਦ ਜੀ ਅੱਗੇ ਦੌਰਾਨ ਖੋਖਰ ਸਾਹਿਬ ਤੁਹਾਡੇ ਕਰ ਲਈ ਇਹ ਮੰਨ ਲਓ ਪਿਛਲੇ ਮੈਚ ਵੀ 5 ਜੱਥੇ ਮਾਰੇ ਹੁਣ ਫਿਰ ਤਗੜਾ ਜੱਥਾ ਲਾਇਆ ਜੇ ਉਹ ਵਾਹ ਸੋਹਣਿਆ ਕਿਆ ਬਾਤ ਹੈ ਜੀ ਇਹਦੇ ਪਰ ਫਿਰ ਨੰਬਰ 5 ਦਾ ਚਾਰ ਅਬਦੁਲ ਮਨਾਨ ਸਾਹਿਬ ਖੋਖਰ ਜਿੱਤਿਆ ਆਪਣਾ 134 ਵਾਲੇ ਚੌਥੀ ਰੋਜ਼ ਬੜੇ ਬੜੇ ਮੈਚ ਮੈਂ ਕਿਤੇ 5-6 ਸਾਲ ਪਹਿਲਾਂ ਦਲੀਰ ਸ਼ੀਨੇ ਦੇ ਦੌਰ 'ਚ ਅੱਲਾ ਪਾਕ ਚੌਥਾ ਵੀ ਕਰ ਰਿਹਾ ਭਰਾ ਨੂੰ ਬੜਾ ਸਾਡੇ ਚੰਗੇ ਯਾਰ ਗੁਜ਼ਰੇ ਨੇ ਪਰ ਇੱਧਰ ਦੇਖਾਂਗੇ ਇੱਧਰਲੇ ਪਾਸੇ ਆਹ ਇਹ ਜਟਿਆਣੇ ਵਾਲੇ ਜਾਤੀ ਨੇ ਇਹ ਜਟਿਆਣੇ ਵਾਲੇ ਬੱਬਰ ਸ਼ੇਰ ਨੇ ਜੋ ਕਮਾਲ ਦੀ ਕੌਡੀ ਦੇਖ ਰਹੇ ਨੇ ਆਹ ਬੱਲੇ ਬੱਲੇ ਕਿਆ ਬਾਤ ਹੋ ਗਈ ਤਿਆਰ ਹੋ ਅਗਰ ਕੌਡੀ ਚੰਗੀ ਲੱਗੀ ਤਾਂ ਤਾੜੀ ਮਾਰੋ ਤਾੜੀ ਮਾਰੋ ਦੋਵਾਂ ਟੀਮਾਂ ਦੀ ਅੱਜ ਦਾ ਪਹਿਲਾ ਟੂਰਨਾਮੈਂਟ ਹੀ ਕਮਾਲ ਹੋ ਗਿਆ ਅਗਲਾ ਕਬੱਡੀ ਕੱਪ 9 ਤਰੀਕ ਨੂੰ ਇਨਸ਼ਾਅੱਲਾ ਹੋਗਾ 143 ਦੇ ਵਿੱਚ ਤੇ ਟੀਮਾਂ ਨੇ ਵਕਤ ਦੀ ਪਾਬੰਦੀ ਲਾਜ਼ਮੀ ਕਰਨੀ ਆ ਕਿਉਂਕਿ ਅੱਜ ਵੀ 4 ਵਜੇ ਪਹਿਲਾ ਮੈਚ ਸ਼ੁਰੂ ਹੋ ਗਿਆ ਸੀ ਇਸੇ ਤਰ੍ਹਾਂ ਹਰ ਟੀਮ ਕੋਲ ਆਪਣਾ ਟਾਈਮ ਆਇਆ ਕਰੇ ਚੱਲ ਸ਼ੇਰਾ ਡੋਗਰ ਮਨਸਰ ਡੋਗਰ ਵਾਹ ਕੀ ਬਾਤ ਪੈਰ ਵੈਰੀ ਗੁੱਡ ਸ਼ਹਿਜ਼ਾਦ ਅਲੀ ਸਾਹਿਬ ਠੇਕੇਦਾਰ ਚੌੜੀ ਤਾਹਰ ਗੁੱਜਰ ਸਾਹਿਬ ਵਸੀਮ ਅੰਜਲ ਸਾਹਿਬ ਸਾਡੇ ਆਲ ਦੇ ਕਬੱਡੀ ਕੱਪ ਦੇ ਮੈਦਾਨ ਗੁਲਾਮ ਮੁਖਤਾ ਸਾਹਿਬ ਸਰਗੋਧ ਦੇ ਵਾਲੇ ਸਾਰੇ ਮਹਿਮਾਨਾਂ ਵੱਲੋਂ ਭਰਪੂਰ ਇਨਾਮ 500 ਰੁਪਇਆ ਰੈਕਮੈਂਡੇਟਰ ਜਨਾਬ ਚੌਧਰੀ ਅਬਦੁਲ ਮਨਾਨ ਸਾਹਿਬ ਖੋਖਰ ਸ਼ੁਕਰੀਆ ਮਿਹਰਬਾਨੀ ਖੋਖਰ ਤੇ ਸ਼ੇਰਾ ਜੱਟ ਪੁਆਇੰਟ ਕਬੱਡੀ ਦੇ ਕੱਪੋ ਟਿਕ ਟਿਕ ਤੇ ਇੱਕ ਗੋਟਾ ਵਾਲਾ ਮੁਕਾਬਲਾ ਇਹ ਬਹੁਤ ਚੱਲ ਰਿਹਾ ਜੀ ਹਰ ਬੰਦਾ ਵਟਸਐਪ ਦੇ ਆਰੰਭ ਤੇ ਕਹਿੰਦਾ ਇਹ ਵੀ ਪਾਓ ਕੁਝ ਨਾ ਵੀ ਨਹੀਂ ਪਾਓ ਗੋਟ ਸਨਮ ਗੁੱਜਰ ਆ ਗਿਆ ਜੀ ਫਿਰ ਪੁਆਇੰਟ ਕਬੱਡੀ ਦੇ ਖਾਤੇ ਠੇਕੇਦਾਰ ਸ਼ਹਿਜ਼ਾਦ ਅਲੀ ਸਾਹਿਬ ਸਾਡੇ ਆਲ ਦੇ ਮੈਦਾਨ ਆਲ ਪਾਕਿਸਤਾਨ ਟੈਲੀਕਾਮ ਐਸੋਸੀਏਸ਼ਨ ਚਲੋ
ਬਹੁਤ ਸ਼ੁਕਰੀਆ ਮਿਹਰਬਾਨੀ ਦਾ ਆਪਣਾ ਭਰਪੂਰ ਇਨਾਮ ਲੈ ਆ ਰਿਹਾ ਇਧਰ ਜਿਹੜੇ ਨੇ ਪਰ ਇਧਰ ਮੈਨੂੰ ਕਿੱਦਾਂ 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 ਲੱਗਾ ਹੈ ਇਸ ਤੋਂ ਉੱਤਰੇ ਪੰਜ ਕਬੱਡੀ ਕੱਪ ਆ ਰਹੇ ਨੇ ਜਿਹਦੇ
ਸਮੁੰਦਰੀ ਕਬੱਡੀ ਫੈਡਰੇਸ਼ਨ ਦੇ ਜ਼ਿਲ੍ਹਾ ਨਗਰੀ ਉਸਤਾਦ ਰਾਮਦਾਸ ਸਟਾਰਟ ਉਸਤਾਦ ਬੱਬੂ ਗੁੱਜਰ ਜੋਤਾ ਗੁੱਜਰ ਚੌਧਰੀ ਅਦਨਾਨ ਬਾਠ ਹੈ ਸਮੁੰਦਰੀ ਕਬੱਡੀ ਕਮੇਟੀ ਦੀ ਜ਼ਿਲ੍ਹਾ ਨਗਰੀ ਇਨਸ਼ਾਅੱਲਾ ਉਸ ਤੋਂ ਬਾਅਦ ਵੀ ਇਸ ਮਹੀਨੇ ਦੇ 5 ਕਬੱਡੀ ਕੱਪ ਆ ਰਹੇ ਨੇ ਡੋਗਰ ਆਇਆ ਜੀ ਮੁਜ਼ਫਰ ਡੋਗਰ ਮਿਹਰਬਾਨੀ ਅਗਲੀ ਕਬੱਡੀ ਫਿਰ ਜਿੱਤਾਂਗੇ ਇੱਕ ਵਾਰੀ ਮੁੰਡਾ ਜਿੱਤ ਮੈਦਾਨ ਦੇ ਨੌਜਵਾਨ ਰੇਡਰ ਕਬੱਡੀ ਪਾ ਰਿਹਾ ਸਾਹਮਣੇ ਗਿਆ ਜੀ ਇੱਕ ਅੱਧੇ ਨੰਬਰ ਦਾ ਫਰਕ ਹੈ ਕਬੱਡੀ ਟੀਮ ਮੁਜ਼ਫਰ ਡੋਗਰ ਕਬੱਡੀ ਪਾਏਗਾ ਫਿਰ ਆਓ ਬੱਲੇ ਬੱਲੇ ਇਹ ਜਿਹੜਾ ਡੋਗਰ ਕਬੱਡੀ ਪਾ ਰਹੇ ਚਾਰ ਭਰਾ ਖੇਡਦੇ ਨੇ ਹੁਣ ਦੋ ਹੱਟ ਕੇ ਦੋ ਖੇਡਦੇ ਨੇ 143 ਠੱਕਾ ਆਉਣਾ ਪੈਂਦਾ ਜਿੱਥੇ ਸਭ ਤੋਂ ਵੱਡੇ ਟਰੱਕ ਨੇ ਪਾਕਿਸਤਾਨ ਦੇ 40 ਸੋਨੀਆ ਕਬੱਡੀ ਪਾ ਫਿਰ ਨੌਜਵਾਨ ਰੇਡਰ ਕਬੱਡੀ ਪਾ ਰਹੇ ਵਿੱਚ ਮੈਦਾਨ ਦੇ ਠੇਕੇਦਾਰ ਸ਼ਹਿਜ਼ਾਦ ਅਲੀ ਸਾਹਿਬ ਜ਼ਿੰਦਾਬਾਦ ਇਹ ਜੇ ਮੁੰਡਾ ਲੱਗਾ ਜੱਟ ਆਏ ਹਾਏ ਹਾਏ ਹੁਣ ਵੀ ਹੱਥੀ ਆ ਰਹੇ ਬੰਦੇ ਪਿਛਲੇ ਮੈਚ ਦੇ 5-6 ਦਫ਼ੇ ਲੜਾ ਤਗੜੇ ਟਰੱਕ ਹਾਸਲ ਕੀਤੇ ਪਰ ਹੁਣ ਸਾਈਕਲ ਨੂੰ ਪਤਾ ਲੱਗ ਗਿਆ ਜੀ ਕਬੱਡੀ ਪਾਏਗਾ ਉਮਰ ਕੰਦੋ ਉਮਰ ਕੰਦੋ ਕਬੱਡੀ ਦਾ ਪੜ੍ਹਿਆ ਲਿਖਿਆ ਨੌਜਵਾਨ